वाहिगुरु जी का खालसा, वाहिगुरु जी की फतेह। मैं बेनती करनी चाहवांगा भाई रणजीत सिंह ढड्डरियां वालियां नूं, देखो तुसीं इन्हां आदतां नूं छड्ड दिओ, इन्हां कम्मां तों तुसीं बाज आ जाओ। थोनों किसी ने अथॉरिटी नहीं दित्ती। जे तुसीं कहिंदे हो ना भी फलाना सिख है, ਉਹ ਆਗੂ ਹੈ, ਆਗੂ ਕਿਹਨੇ ਬਣਾਇਆ? 250 ਬੰਦਾ ਉਹਦੇ ਮਗਰ ਹੈ ਤੇ ਉਹ ਆਗੂ ਨਹੀਂ ਹੋ ਜਾਂਦਾ। ਜੇ ਤੁਹਾਡੇ ਮਗਰ 5-7 ਹਜ਼ਾਰ ਬੰਦਾ, ਇਹਦਾ ਮਤਲਬ ਤੁਸੀਂ ਆਗੂ ਹੋ ਗਏ? ਤੁਸੀਂ ਆਗੂ ਹੋ? ਤੁਹਾਨੂੰ ਕਿਹਨੇ ਅਥਾਰਟੀ ਦਿੱਤੀ ਹੈ? ਤੁਸੀਂ ਹਰੇਕ ਦੇ ਉੱਪਰ ਬਿਆਨਬਾਜ਼ੀ ਕਰਦੇ ਹੋ, ਟੀਕਾ ਟਿੱਪਣੀ ਕਰਦੇ ਹੋ। ਹੂ ਗੇਵ ਯੂ ਅਥਾਰਟੀ? ਤੁਹਾਨੂੰ ਕਿਹਨੇ ਲਿਖਤੀ ਅਥਾਰਟੀ? ਕਿਹੜੀ ਗੌਰਮੈਂਟ ਨੇ ਜਾਂ ਕਿਹੜੇ ਤਖ਼ਤ ਨੇ ਤੁਹਾਨੂੰ ਅਥਾਰਟੀ ਦਿੱਤੀ ਹੈ? ਤੁਸੀਂ ਦੱਸੋਗੇ? ਤੁਸੀਂ ਕੱਲ ਆਪਦੇ ਕੀਰਤਨ ਤੁਸੀਂ ਕਰੋ, ਕੀਰਤਨ ਆਪਦੀ ਮਤ ਮਰਿਆਦਾ ਵਿੱਚ ਜਿਵੇਂ ਤੁਹਾਨੂੰ ਚੰਗਾ ਲੱਗਦਾ, ਤੁਸੀਂ ਆਪਦੀ ਮਤ ਅਨੁਸਾਰ ਪ੍ਰਚਾਰ ਕਰੋ। ਤੁਹਾਡਾ ਕੀ ਮਤਲਬ ਤੁਸੀਂ ਜਣੇ ਖਣੇ ਨੂੰ ਚੱਕ ਕੇ ਲੱਗ ਪੈਂਦੇ ਆ ਤਵਾ ਲਾਉਣ? ਸਿਰਫ ਇੱਕ ਆਹ ਰਿਵਨਿਊ ਦੀ ਭੁੱਖ ਹੈ ਤੁਹਾਨੂੰ ਕਿ ਮੈਂ ਤਵਾ ਲਾਊਂਗਾ? ਮੁੱਦਾ ਚਾਹੀਦਾ ਹੁੰਦਾ ਤੁਹਾਨੂੰ, ਭਾਵੇਂ ਉਹ ਫਿਲਮ ਸਟਾਰਾਂ ਦਾ ਹੋਵੇ, ਭਾਵੇਂ ਫਿਲਮ ਦਾ ਹੋਵੇ, ਭਾਵੇਂ ਕੋਈ ਗੀਤ ਗਾਉਣ ਵਾਲੇ ਕਲਾਕਾਰਾਂ ਦਾ ਹੋਵੇ। ਤੁਹਾਨੂੰ ਤਾਂ ਭੋਰਾ ਨੀ, ਮੈਂ ਸਮਝ ਗਿਆ ਤੁਹਾਡੀ ਨੀਤੀ ਕੀ ਹੈ। ਹਮੇਸ਼ਾ ਤੁਹਾਡੀ ਇਹੀ ਨੀਤੀ ਰਹੀ ਹੈ ਵੀ ਪੈਸਾ ਕਮਾਓ, ਬਿਜ਼ਨਸ ਮਾਈਂਡ ਬੰਦੇ ਹੋ ਤੁਸੀਂ, ਤੁਹਾਨੂੰ ਕੋਈ ਪੰਥ ਨਾਲ ਲਗਾਵ ਨੀ। ਜੇ ਮੈਂ ਤੁਸੀਂ ਮੇਰੇ ਤੇ ਟੀਕਾ ਟਿੱਪਣੀ ਗੱਲ ਕਰ ਰਹੇ ਸੀ ਵੀ ਕੋਈ ਬਾਬਾ ਚੋਲੇ ਵਾਲਾ, ਤੁਹਾਨੂੰ ਚੰਗੀ ਤਰ੍ਹਾਂ ਪਤਾ ਮੇਰਾ ਨਾਂ ਕੀ ਹੈ, ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਮੈਨੂੰ, ਮੈਂ ਤੁਹਾਨੂੰ ਚੰਗੀ ਤਰ੍ਹਾਂ ਜਾਣਦਾ, ਠੀਕ ਹੈ? ਜਾਂ ਤਾਂ ਭੁੱਲ ਹੈ, ਫੇਰ ਤੁਸੀਂ ਇੱਥੇ ਮੇਰੇ ਕੋਲੇ ਵੀ ਆਏ ਹੋ, ਮੈਂ ਤੁਹਾਡੇ ਕੋਲੇ ਵੀ ਆਉਂਦਾ ਰਿਹਾ ਪਹਿਲਾਂ, ਠੀਕ ਹੈ? ਤੁਸੀਂ ਕੀ ਭੁੱਲਿਆ? ਤੁਹਾਡੀ ਤਾਂ ਯਾਦਾਸ਼ਤ ਹੀ ਬਹੁਤ ਤਕੜੀ ਹੈ ਤੇ ਤੁਸੀਂ ਬੜੀ ਛੇਤੀ ਤਵਾ ਲਾਉਣੇ ਹੋ ਅਗਲੇ ਤੇ। ਤੁਹਾਨੂੰ ਕਿਹਨੇ ਅਥਾਰਟੀ ਦਿੱਤੀ ਹੈ? ਤੁਸੀਂ ਦਿਖਾਓਗੇ ਅਥਾਰਟੀ ਵਾਲਾ ਪੇਪਰ? ਕਿਹਨੇ ਦਿੱਤਾ ਤੁਹਾਨੂੰ? ਫੇਰ ਤੁਸੀਂ ਹਰ ਗੱਲ ਦੇ ਵਿੱਚ, ਹਰੇਕ ਬੰਦੇ ਨੂੰ ਤੁਸੀਂ ਹਰ ਗੱਲ ਦੇ ਵਿੱਚ ਕਿਸੇ ਦੇ ਅਗਲੇ ਦਾ ਮੈਟਰ ਹੈ, ਤੁਸੀਂ ਵਿੱਚ ਕਿਉਂ ਲੱਤ ਅਡਾਉਣੇ ਹੋ ਕਿਸੇ ਚੀਜ਼ ਚ? ਤੁਹਾਨੂੰ ਕਿਹਨੇ ਕਿਹਾ ਹੈ? ਇਹ ਹੱਕ ਕਿਹਨੇ ਦਿੱਤਾ? ਮੈਂ ਤੁਹਾਨੂੰ ਇਹ ਬੇਨਤੀ ਕਰਦਾ ਹਾਂ, ਮੈਂ ਸਤਿਕਾਰ ਨਾਲ ਹੀ ਪੇਸ਼ ਆ ਰਿਹਾ, ਮੈਂ ਵੀ ਤੁਹਾਡੇ ਦੇ ਨਿੱਜੀ ਉਂਗਲ ਚੱਕ ਸਕਦਾ ਹਾਂ, ਪਰ ਮੈਂ ਨਹੀਂ, ਕਿਉਂਕਿ ਮੈਂ ਅੱਗੇ ਤੁਹਾਡੇ ਲਈ 2-2.5 ਸਾਲ ਪਹਿਲਾਂ ਬੋਲਿਆ ਸੀ, ਉਹ ਫਿਰ ਵੀ ਮੈਂ ਬੇਨਤੀ ਕਰਕੇ ਯੂਟਿਊਬ ਤੋਂ ਉਹ ਜਿਹੜੀਆਂ ਇੰਟਰਵਿਊਆਂ ਸੀ ਮੈਂ ਚੁਕਾਈਆਂ, ਜਿੱਥੇ ਮੈਂ ਤੁਹਾਡੇ ਕਰਕੇ ਤੁਹਾਨੂੰ ਬੋਲਿਆ ਆ ਜਾਂ ਤੁਹਾਡੇ ਇੰਗਲੈਂਡ ਵਾਲੇ ਮੁੰਡੇ ਕਰਕੇ ਬੋਲਿਆ ਆ, ਠੀਕ ਹੈ ਨਾ? ਮੈਨੂੰ ਫੇਰ ਵੀ ਆਇਆ ਵੀ ਨਹੀਂ, ਅਸੀਂ ਆਪਸ ਮੇ ਕਾ ਤੋਂ ਉਲਝਣਾ ਯਾਰ, ਇੰਨੇ ਪੰਗੇ ਹੋਰ ਬਹੁਤ ਹੈ, ਤੁਸੀਂ ਤਾਂ ਹਟਦੇ ਹੀ ਨਹੀਂ, ਮਾੜਾ ਮੋਟਾ ਤਾਂ ਸੋਚਿਆ ਕਰੋ ਯਾਰ, ਤੁਹਾਨੂੰ ਕੌਣ ਸਿਆਣਾ ਕਹਿੰਦਾ? ਤੁਹਾਡੇ 22-23 ਲੱਖ ਤੁਹਾਡੇ ਸਬਸਕ੍ਰਾਈਬਰ ਹੈ ਯੂਟਿਊਬ ਤੇ, MP ਚੈਨਲ ਦੇ ਉੱਪਰ, ਹਨਾ? ਤੇ ਤੁਹਾਨੂੰ ਸੁਣਦੇ ਕਿੰਨੇ ਆ? 20,000, 25,000, ਹੱਦ 30,000, ਤੇ ਜੇ ਕੋਈ ਮੁੱਦਾ ਮਿਲ ਜੇ ਫੇਰ ਜ਼ਰੂਰ ਸੁਣਦੇ ਆ, ਕਿਉਂਕਿ ਉਹ ਫਿਰ ਤੁਹਾਨੂੰ ਵਿਰੋਧੀ ਵੀ ਸੁਣਦੇ ਆ, ਠੀਕ ਹੈ ਨਾ? ਤੁਹਾਡੇ ਤਾਂ 20-22 ਹਜ਼ਾਰ ਬੰਦਾ ਤੁਹਾਨੂੰ ਤਾਂ ਲਾਈਵ ਹਰ ਟਾਈਮ ਦੇਖਣਾ ਚਾਹੀਦਾ ਤੁਹਾਨੂੰ ਤਾਂ। ਤੁਸੀਂ ਐਂ ਦੱਸੋ ਵੀ ਤੁਹਾਡੀ ਕਿੱਧਰ ਗਿਆ ਗਰਾਫ ਤੁਹਾਡਾ? ਮੈਂ ਤਾਂ ਬੇਨਤੀ ਕਰਦਾ, 1 ਤੋਂ 12 ਤੱਕ ਜਾਂਦੇ ਜ਼ਰੂਰ ਦੇਖੇ ਸੀ, ਠੀਕ ਹੈ? 12 ਤੋਂ 1 ਚ ਆਉਂਦਾ ਦੇਖਿਆ ਨੀ, ਉਹ ਤੁਹਾਨੂੰ ਮੈਂ ਵੇਖਿਆ ਇਸ ਜ਼ਿੰਦਗੀ ਦੇ ਵਿੱਚ। ਤੋ ਪਲੀਜ਼ ਆਪਣੇ ਕੰਮ ਨਾਲ ਮਤਲਬ ਰੱਖੋ। ਦੂਜੀ ਗੱਲ, ਤੁਸੀਂ ਕਿਹਾ ਸੀਗਾ ਵੀ ਬੜਾ ਤੁਸੀਂ ਫੇਸਬੁੱਕਾਂ ਤੇ ਵਾਹ 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 ਬੜਾ ਸੂਰਮਾ ਬੜਾ ਬਿਆਨ ਦਿੱਤਾ ਵੀ ਕੋਈ ਬਾਬਾ ਹੈ ਕੀਰਤਨ ਕਰਦਾ, ਚੋਲੇ ਵਾਲਾ ਬਾਬਾ ਹੈ। ਤੁਸੀਂ ਵੀ ਤਾਂ ਚੋਲਾ ਪਾਇਆ, ਤੁਹਾਨੂੰ ਕੀ ਕਹੀਏ? ਬਾਬਾ ਕਹੀਏ ਕਿ ਬੇਬੇ ਜੀ ਕਹੀਏ, ਕੀ ਕਹੀਏ ਦੱਸੋ? ਭਾਈ ਸਾਹਿਬ ਕਹੀਏ ਕਿ ਕੀ ਕਹੀਏ? ਠੀਕ ਹੈ ਨਾ? ਫੇਰ ਤੁਸੀਂ ਕਿਹਾ ਵੀ ਉਹਨੇ ਖਾਧੀ ਖੁਦੀ ਚ ਬਿਆਨ ਦਿੱਤਾ। ਖਾਧੀ ਖੁਦੀ ਚ ਬਿਆਨ ਨਹੀਂ ਦਿੱਤਾ, ਇੱਕ ਦਰਦ ਸੀ ਮੇਰੇ ਅੰਦਰ ਤਾਂ ਮੈਂ ਬਿਆਨ ਦਿੱਤਾ। ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਰਹੀ ਸੀ ਨਾ, ਦਾਸ ਨੇ ਤਾਂ ਬਿਆਨ ਦਿੱਤਾ ਸੀ ਵੀ ਹੁਣ ਅੱਤ ਹੋ ਗਈ ਹੈ, ਹੁਣ ਬੇਅਦਬੀ ਜੇ ਕੋਈ ਕਰਦਾ ਫੜਿਆ ਗਿਆ ਜਾਂ ਕੋਈ ਬੇਅਦਬੀ ਕਰਦਾ ਦੇਖਿਆ ਜਾਂਦਾ ਹੈ ਜਾਂ ਕੋਈ ਗੁਰੂ ਸਾਹਿਬ ਨੂੰ ਅੱਗ ਲਾ ਰਿਹਾ, ਉਹਨੂੰ ਉੱਥੇ ਮੌਕੇ ਤੇ ਸੋਧਾ ਲਾ ਦਿਓ ਪੰਥਕ ਰਵਾਇਤਾਂ ਅਨੁਸਾਰ। ਤੇ ਇਕੱਲੇ ਮੈਂ ਨਹੀਂ ਕਿਹਾ, ਇਹ ਤਾਂ ਭਾਈ ਸਰਦਾਰ ਰਾਜਾ ਰਾਮ ਸਿੰਘ ਜੀ, ਨਿਹੰਗ ਸਿੰਘ, ਉਹਨਾਂ ਨੇ ਵੀ ਕਿਹਾ, ਹੋਰ ਵੀ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਵੀ ਇੱਕ ਇੱਕ ਜ਼ਿੰਮੇਵਾਰੀ ਸਾਂਭੋ ਭਾਈ। ਤੇ ਜਿੱਦੇ ਦਾ ਦਾਸ ਨੇ ਬਿਆਨ ਦਿੱਤਾ, ਤੁਸੀਂ ਆਪ ਹੀ ਕਹਿੰਦੇ ਨਾ ਪੂਰਾ ਸਨਾਰੀਓ, ਸਾਰੀ ਪਿਕਚਰ ਵੇਖੋ, ਉਦੋਂ ਬਾਅਦ ਬੇਅਦਬੀਆਂ ਘਟੀਆਂ ਕਿ ਵਧੀਆਂ ਦੱਸੋ? ਘਟੀਆਂ ਨਾ, ਪੁੱਛੋ ਸੰਗਤ ਨੂੰ ਜਿਹੜੀ ਦੇਖ ਰਹੀ ਹੈ ਇਸ ਵੇਲੇ, ਬੇਅਦਬੀਆਂ ਘਟੀਆਂ?
उस तो बाद तीन बारी बेदबियां हुई हैं सारिया, ते बेदबी भी नहीं हुई उस तो बाद पूर्ण तौर ते कोशिशां ही हुई हैं। ते जिद्दे दा दास ने बयान दिता उस तो बाद तां कोई बेदबी हुई नहीं गुरु साहब की। हां दिल्ली हुई वो आया बेदबी करन ते निंगा सिंघां ने सोधा लाता उन्हूं, हरिमंदर साहब आया भीड़ ने कुट कुट मारता, फिर कपूरथले कोले किसी गुरुद्वारा साहब आया भीड़ ने कुट कुट मारता। मेनू दसो तो सही भी केड़ा मेरे को ले आया भी बाबा जी साड़ी मदद करो साड़ी हेल्प करो ते मैं खाली मोड़िया उन्हूं। आ पिछे जे निंग सिंह आए इत्थे, ठीक है पुछो तुसी बाबा राजा राम सिंह जी नूं, मैं उदों किन्नी वारी कहा बाबा जी मैनू अकाउंट नंबर दिओ उन्हां दे ते मैं उन्हां दे कुछ ना कुछ बैंक च पवावां उन्हां दी हेल्प करां जिन्ने जोगा दास हैगा, ठीक है ना। मैं तां फिर भी खड़ा, थोनू पता नहीं सता नहीं किसे गल दा हुंदा तवा ला दिंदे हो, बस थोनू यही ईरखा हुंदी है भी इहदी वाहवा वाहवा ना हो जाए, यही ईरखा है ना। आप तुसी साजियां दे ते नाल दे सिंघां दे सिर ते बल्ले बल्ले कराउण जांदे हो, अस तां पंज जणे जाके कीर्तन करे आउणे आ, ठीक है। लिमिट च रहो आपदी च, बोलना सानू भी बहुत आउंदा पर मैं सब कुछ भुल चुकिया सी छड चुकिया सी, यूट्यूब तो वह इंटरव्यूआं भी मैं कटाइया, मैं कहा जी ते आपां गलत बोले इन्हां नूं, वह आपां बाद विवाद च पैणा ही नहीं। वह जिहड़ा कैसियो सिखाउंदा सिंह तुहाडा चंडीगढ़ वाला, उहदे कोले साडा सिंह भी कैसियो सिखदा, हुण मैनूं पता नहीं सच है कि झूठ है। वह उहने साडे सिंह नूं इथों तक कहा भी भाई साहब कहिंदे वधिया सिखाउणा, ठीक है साडे सिंह नूं कैसियो, फिर उन्हें कहा भी भाई साहब जोनी जी नूं कहो भी इधर आए ते मिल के जाए। मैं थोड़ा वो सच मन्ना कि कल वाला सच मन्ना, बंदा किते तां स्टैंड करदा है, तुसी हटदे ही नहीं, तुसी हटदे नहीं, दीवान थोड़े बंद हुंदे है, तुसी थोड़ा ग्राफ देखो कित्थों दी कित्थे आ गया, बस थोनू तां हुण मुद्दा चाहीदा हुंदा है बस भी मैं मीडिया च बनिया रहां हाईलाइट होए रहां, यही गल ही है ना। ते किसे ते तवा ला के उपर चढ़े ते की चढ़े, तुसी आपदी लकीर ही एडी लम्मी करो कि बंदा आपे ही मन्ने भी वाकई भी सही बोलदा, ओही बंदे आ थोड़े तां घटे आ वधे नहीं है, दसो तुसी वधे आ तां, सारी दुनिया थोड़ा ग्राफ वेखदी है सब नूं पता है। ते जिहड़ा तुसी कहा सी भी खादी खुदी च बयान देता, ठीक है दास ने 6 महीने 2012 दी गल है, 6 महीने एन स्पष्ट होके दस्या होया भी 6 महीने इलाज के तौर पर मैनू फीम लेनी पई क्योंकि मैनू फेशियल पैरालाइज होया सी, और उस तो बाद मैं छड़ के भी विखाई है, सारे सबूत मेरे को ले है, ठीक है। मैनू अकाल तख्त साहब के जथेदार बुलाउणगे, मैं सबूत लेके जाऊंगा, मेरे बैंक अकाउंट मेरे फेसबुक यूट्यूब अकाउंट जदों मैं बयान दिता सौदा लाउण वाला ते सारे सील किते है, जदों मैनू जथेदार साहब बुलाउणगे मैं उन्हां कोले सबूत भी लै जाऊंगा, ठीक है ना। थोड़े कोले कोई अथॉरिटी नहीं आऊंगा, तुसी कहने हुंदे आ ना, तो प्लीज आप दी लिमिट च रहो, बोलना मैनू भी आउंदा। बहुत मसले है पंजाब दे किसानी दे बिजली दे पानी दे, इन्हां मुद्दियां ते बोलो, ठीक है। तुसी ए ना क्या करो भी मैं उहनूं तवा लावां उहनूं तवा लावां, आपदी लकीर वड्डी करो जे हुंदी है तां, नहीं तो देखी जाने थोड़ा हाल की हो रहा है, ठीक है। आ 4 दिनों तो मैं फेसबुक ते पहुंच जो लग गया हूं, ते यूट्यूब चैनल मैं आपका फिर स्टैंड जो कर लग गया, थोनू तां ईरखा होगी, बर्दाश्त करना सीखो। तुसी कहने हो ना बर्दाश्त करना सहनशीलता, थोड़े च तो भोरा ही है नहीं सहनशीलता। मैं अज बोलना नहीं सी पर जो तुसी बोले हैं फिर मैं कहा भी पता थोनू किसी गल का ही है नहीं, तुसी किवें कह सकते हो भी आप थोनू भड़का जांदे ते आप बैठे है, साडे ते की बीती डीसी दफ्तर एसएसपी दफ्तर साडे ते की बीती बयान देन तो बाद, मेरे ते की बीती मेरा तां किसे ने पता लिया नहीं, फिर मैं किनू शिकायत करा। तो इस करके गुरु ग्रंथ साहिब नाल प्यार करके बयान दिता सी, जे तुसी नहीं करदे ते तुसी बयान नहीं दे सके, थोड़े तुसी तां माल मालकां दा मशहूरी कंपनी दी, तुसी तां उन्हां दी बाणी विच्चों शब्द लै के अर्थ पढ़ के सुना देने आ ते लोकां च वाहवा वाहवा भी बड़े बचन कीते बड़े बचन कीते, थोड़ा की है आपदा
ਆਪਦੀ ਕੋਈ ਚੀਜ਼ ਦੱਸੋ ਕੀ ਹੈ। ਕਦੇ ਉਹਦੀ ਸੁਣ ਲਈ, ਉਹਦੀ ਸੁਣ ਲਈ, ਉਹਦੀ ਸੁਣ ਲਈ, ਤੁਹਾਡਾ ਕੀ ਹੈ? ਪਲੀਜ਼ ਲਿਮਿਟ ਚ ਰਹੋ, ਇਸ ਲਿਮਿਟ ਨੂੰ ਕ੍ਰੋਸ ਨਾ ਕਰੋ, ਨਹੀਂ ਸਾਨੂੰ ਵੀ ਬਹੁਤ ਬੋਲਣਾ ਹੁੰਦਾ ਹੈ। ਤੇ ਸਾਧ ਸੰਗਤ ਜੀ, ਮੈਂ ਫਿਰ ਵੀ ਖੇਮਾ ਦਾ ਜਾਚਕ ਹੈ ਸੰਗਤ ਕੋਲੋਂ, ਮੇਰਾ ਮਨ ਨਹੀਂ ਸੀ ਕਰਦਾ। ਮੈਨੂੰ ਪਿਆਰ ਵਾਲੀਆਂ ਸੰਗਤਾਂ ਕਹਿੰਦੀਆਂ ਬਾਬਾ ਜੀ ਤੁਸੀਂ ਵਾਦ ਵਿਵਾਦ ਚ ਨਾ ਆਇਆ ਕਰੋ, ਪਰ ਇਹ ਬੰਦਾ ਹਟਦਾ ਹੀ ਨਹੀਂ, ਵਾਰ 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 ਛੇੜਦਾ ਹੈ। ਤੇ ਫਿਰ ਮੈਂ ਤਾਂ ਭੁੱਲ ਚੁੱਕਿਆ ਸੀ ਸਾਰੀਆਂ ਗੱਲਾਂ, ਹੁਣ ਇਹਨਾਂ ਨੇ ਦੁਬਾਰਾ ਪਹਿਲ ਕੀਤੀ ਹੈ, ਤੇ ਫਿਰ ਹੁਣ ਮੈਂ ਵੀ ਜੇ ਉਹ ਬੋਲਣਗੇ ਤੇ ਫਿਰ ਜਵਾਬ ਤਾਂ ਲੈਣਗੇ ਹੀ ਭਾਈ, ਠੀਕ ਹੈ ਨਾ। ਇੰਨੀਆਂ ਤਾਂ ਅਣਖਾਂ ਤੇ ਗੈਰਤਾਂ ਸਾਡੀਆਂ ਨਹੀਂ ਮਰੀਆਂ ਹੋਈਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।